ਤਸਵੀਰਾਂ ਲੁਧਿਆਣਾ ਸਥਿਤ ਪੁਰਾਣੀ ਸਬਜ਼ੀ ਮੰਡੀ ਦੀਆਂ ਨੇ ਜਿੱਥੇ ਦਰਗਾਹ ਦੇ ਨਾਲ ਲੱਗਦੀ ਕੰਧ ਦੇ ਕੋਲ ਸ਼ਰਾਬ ਦਾ ਠੇਕਾ ਖੋਲ ਦਿੱਤਾ ਗਿਆ ਜਿਸ ਤੋਂ ਨਾਰਾਜ਼ ਲੋਕਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਲੋਕਾਂ ਵਿੱਚ ਗੁੱਸਾ ਹੈ ਕਿ ਦਰਗਾਹ ਦੇ ਨਾਲ ਸ਼ਰਾਬ ਦਾ ਠੇਕਾ ਖੋਲ ਕੇ ਉਹਨਾਂ ਦੀ ਆਸਥਾ ਨੂੰ ਵੀ ਠੇਸ ਪਹੁੰਚਾਈ ਗਈ ਹੈ। ਲੋਕਾਂ ਨੇ ਪ੍ਰਸ਼ਾਸਨ ਨੂੰ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਹ ਧਰਨਾ ਨਹੀਂ, ਇਹ ਤਾਂ ਛੋਟੀ ਜਿਹੀ ਵਾਰਨਿੰਗ ਲਈ ਅੱਜ ਇਕੱਠੇ ਹੋਏ ਆ। ਮੈਂ ਆ ਜਾਓ, ਤੁਹਾਨੂੰ ਇੱਕ ਚੀਜ਼ ਦਿਖਾਣੀ ਚਾਹੁੰਦਾ। ਆਹ ਦੇਖੋ, ਆ ਹੈਗਾ ਜੀ ਦਰਸ਼ਨ ਕਰਿਆਨਾ ਸਟੋਰ। ਇਹ ਉੱਥੋਂ ਦੀ ਸ਼ੁਰੂ ਆ, ਇੱਥੇ ਤੱਕ ਸੀਗਾ, ਠੀਕ ਆ ਜੀ। ਇਹ ਕਰਿਆਨੇ ਦੀ ਦੁਕਾਨ ਦੇ ਵਿੱਚ ਠੇਕਾ ਖੁੱਲ੍ਹ ਗਿਆ, ਠੀਕ ਆ ਜੀ। ਸਕੂਲ ਖੁੱਲ੍ਹਣ ਤੋਂ ਪਹਿਲਾਂ ਠੇਕਾ ਖੁੱਲ੍ਹ ਜਾਂਦਾ। ਮੈਂ ਸਭ ਤੋਂ ਵੱਡੀ ਗੱਲ ਦੱਸਣਾ ਚਾਹੁੰਦਾ, ਇਹਦੇ ਪਿੱਛੇ ਸਾਡੀ ਦਰਗਾਹ ਵਾ, 1400 ਸਾਲ ਪੁਰਾਣੀ ਦਰਗਾਹ ਵਾ, ਠੀਕ ਆ। ਆਹ ਨਾਲ ਠੇਕਾ ਵਾ, 50 ਮੀਟਰ ਵੀ ਕੀ ਕੰਧ ਤੋੜੋ ਦਰਗਾਹ ਵਾ, ਠੀਕ ਆ ਜੀ। ਇਹ ਰੋਜ਼ ਇਹਨਾਂ ਦੀਆਂ ਮਿੰਨਤਾਂ ਕਰਦੇ ਆ, ਨਾਲ ਐਕਸਾਈਜ਼ ਦੇ ਅਫਸਰ ਨੇ ਪ੍ਰੀਤ ਭੁਪਿੰਦਰ ਸਿੰਘ ਜੀ ਅਤੇ ਮੈਡਮ ਸ਼ਿਵਾਨੀ ਗੁਪਤਾ ਜੀ, ਠੀਕ ਆ। ਅੱਜ ਇੱਕ ਮਹੀਨਾ ਹੋਇਆ ਜਿਨ੍ਹਾਂ ਨੂੰ ਦਰਖਾਸਤ ਦਿੱਤੇ ਨੂੰ, ਠੀਕ ਆ। ਅਸੀਂ DC ਸਾਹਿਬ ਨੂੰ ਵੀ ਪਰਸੋਂ ਕਿਹਾ ਵੀ ਠੇਕਾ ਬੰਦ ਕਰਾ ਦਿਓ, ਇਹ ਹਰ ਰੋਜ਼ ਸਾਨੂੰ ਕਹਿੰਦੇ ਨੇ ਅਤੇ ਦੂਜੇ ਦਿਨ ਆ ਕੇ ਕਹਿ ਰਹੇ ਨੇ, ਸਾਨੂੰ ਧਮਕੀਆਂ ਦਵਾ ਰਿਹਾ ਜੀ। ਸਭ ਤੋਂ ਵੱਡੀ ਗੱਲ, ਮੈਂ ਕੁਛ MLA ਦੇ ਨਾਂ ਜਨਤਕ ਕਰੂੰਗਾ ਜਿਨ੍ਹਾਂ ਦੇ ਦਫ਼ਤਰੋਂ ਮੈਨੂੰ ਫੋਨ ਆ ਰਹੇ ਆ। ਮੈਂ ਹਲੇ ਮੂੰਹ ਬੰਦ ਰੱਖਿਆ, ਮੇਰੀ 2 ਦਿਨਾਂ ਦੀ ਵਾਰਨਿੰਗ ਆ ਇਹਨਾਂ ਨੂੰ। ਇਹ ਭਾਅ ਜੀ ਸਾਨੂੰ ਗਲਤ ਬੋਲਦੇ ਆ, ਇੱਥੇ ਹਲਾਣੇ ਆਉਂਦੇ ਆ, ਕਦੇ ਸਾਡੀ ਜਾਤ ਬਾਰੇ ਗਲਤ ਬੋਲਦੇ ਆ, ਠੀਕ ਆ ਜੀ, ਕਦੇ ਕੁਛ ਬੋਲਦੇ ਆ। ਸਭ ਤੋਂ ਵੱਡੀ ਗੱਲ ਇੱਕ ਦੱਸਣੀ ਚਾਹੁੰਦਾ ਭਾਅ ਜੀ, ਜਿਹੜਾ ਇਹ ਜਗ੍ਹਾ ਵਾ, ਇਹ ਰੋਸ਼ਨੀ ਗਰਾਊਂਡ ਆ, ਇਹਦਾ ਕੋਈ ਮਾਲਕ ਨਹੀਂ ਹੈਗਾ, ਇਹਦਾ ਜਿਹੜਾ ਮਾਲਕ ਆ ਦਰਬਾਰ ਆ। ਆਹ ਦੇਖੋ ਜੀ, ਆਹ ਜਗ੍ਹਾ ਦਾ ਗੈਜਟ ਆ, ਇਹਨੂੰ ਰਜਿਸਟਰੀ ਕਹਿੰਦੇ ਆ ਜੀ, ਰਜਿਸਟਰੀ। ਇਹ ਇਸ ਜਗ੍ਹਾ ਦੀ 12.5 ਏਕੜ ਦੀ ਰਜਿਸਟਰੀ ਆ, ਠੀਕ ਆ ਜੀ। ਆਹ ਇਸ 12.5 ਏਕੜ ਜਗ੍ਹਾ 'ਤੇ ਸਟੇਅ ਹੋਇਆ ਹੋਇਆ ਜੀ। ਆਹ ਦੇਖੋ, ਸੁਮਿਲ ਡੈਕਲਾਰੇਸ਼ਨ ਟੂ ਦਾ ਡਿਕਲੇਅਰ ਦਾ ਪਲੈਨਿਟੀ ਫੈਸ ਦੇ ਓਨਰ ਆਫ ਦਾ ਪ੍ਰੋਪਰਟੀ ਮੇਜ਼ਰਿੰਗ 12.5 ਏਕੜ ਸੈਟ ਦਾ ਸ਼ੋ ਰੈੱਡ ਇਨ ਦਾ ਸਾਈਟ ਪਲੈਨ ਅਟੈਚਡ ਵਿਦ ਦਾ ਪਲੈਨ ਐਂਡ ਦਾ ਬਾਉਂਡਡ ਐਜ ਅੰਡਰ। ਆਹ ਕੀ ਲਿਖਿਆ ਜੀ, ਓਲਡ ਸਬਜ਼ੀ ਮੰਡੀ, ਠੀਕ ਆ ਜੀ। ਇਹ ਸਟੇ ਲੈਣ ਤੋਂ ਬਾਅਦ ਕੋਈ ਪਰਮਿਸ਼ਨ ਨਹੀਂ ਜੀ। ਇਹ ਜਿਹੜਾ ਠੇਕਾ ਖੋਲ੍ਹਿਆ, ਇਹ ਐਕਸਾਈਜ਼ ਦੇ ਜਿਹੜੇ ਅਫਸਰ ਨੇ ਪ੍ਰੀਤ ਭੁਪਿੰਦਰ ਸਿੰਘ ਜੀ, ਜਿਹੜੇ ਕਹਿੰਦੇ ਮੈਂ ਉਹ ਕੀ ਕਹਿੰਦੇ ਆ, ਜਿਹੜੇ ਕਹਿੰਦੇ ਵੀ ਮੈਂ ਦਰਖਾਸਤ ਦੇਵਾਂ, ਮਾਰਕ ਕਰਾਂ ਅੱਗੇ ਨਾ ਕਰਾਂ, ਉਹ ਮੇਰੀ ਮਰਜ਼ੀ ਆ, ਮੇਰੀ ਮਰਜ਼ੀ ਆ, ਕਹਿੰਦੇ ਮੈਂ ਕਾਰਵਾਈ ਕਰਾਂ ਚਾਹੇ ਨਾ ਕਰਾਂ, ਠੀਕ ਆ ਜੀ। ਇਹ ਠੇਕਾ ਬਿਲਕੁਲ ਨਜਾਇਜ਼ ਖੁੱਲ੍ਹਿਆ, ਠੇਕਾ ਖੋਲ੍ਹਣ ਲਈ ਮਾਲਕ ਚਾਹੀਦਾ ਨਾ ਜੀ, ਕਿਸੇ ਨੇ ਐਗਰੀਮੈਂਟ ਬਣਿਆ ਹੋਣਾ ਚਾਹੀਦਾ ਨਾ ਜੀ। ਐਗਰੀਮੈਂਟ ਬਣਿਆ ਨਹੀਂ, ਕਰਿਆਨੇ ਦੀ ਦੁਕਾਨ ਦਾ ਸਮਾਨ ਕੀਤਾ ਇੱਧਰ ਅਤੇ ਇੱਧਰ ਖੋਲ੍ਹਤਾ ਭਾਅ ਜੀ ਠੇਕਾ। ਤੁਹਾਡੀ ਮੰਗ ਕੀ ਹੈ ਜੀ? ਸਾਡੀ ਮੰਗ ਇਹ ਆ ਭਾਅ ਜੀ, ਸਭ ਤੋਂ ਵੱਡੀ ਗੱਲ ਇੱਕ ਤੁਹਾਨੂੰ ਹੋਰ ਗੱਲ ਦੱਸਣੀ ਚਾਹੁੰਦਾ, ਆ ਜਿੰਨੇ 215 ਦੁਕਾਨਦਾਰ ਬੈਠੇ ਆ, ਠੀਕ ਆ ਜੀ, ਇਹਨਾਂ ਕਿਸੇ ਕੋਲ ਵੀ ਆਪਣੀ ਮਾਲਕੀ ਨਹੀਂ ਹੈਗੀ। 2012 ਦੇ ਵਿੱਚ ਕਪੂਰ ਹਸਪਤਾਲ ਖਾਲੀ ਕਰਾਇਆ ਰੋਸ਼ਨੀ ਗਰਾਊਂਡ ਦੀ ਦਰਗਾਹ ਨੇ, ਯਾ ਗੋਸੇ ਆਦਮ ਦਸਤਗੀਰ ਟਰੱਸਟ ਨੇ, ਮੈਂ ਉਹਦਾ ਪ੍ਰਧਾਨ ਹਾਂ ਜੀ, ਠੀਕ ਆ। ਇਸ ਦਰਗਾਹ ਨੇ ਹੋਸਪਿਟਲ ਖਾਲੀ ਕਰਾਇਆ, ਠੀਕ ਆ ਜੀ, ਅਤੇ 2021 ਦੇ ਵਿੱਚ ਸਾਨੂੰ ਸਟੇ ਮਿਲ ਗਿਆ 23 ਮਾਰਚ ਨੂੰ, ਠੀਕ ਆ, ਜਿਸ ਦਿਨ ਭਗਵੰਤ ਮਾਨ ਸਾਹਿਬ ਨੇ ਸਹੁੰ ਚੱਕੀ ਸੀ, ਉਸ ਦਿਨ ਸਾਨੂੰ ਸਟੇ ਮਿਲ ਗਿਆ ਵੀ ਇਹ ਜਗ੍ਹਾ 'ਤੇ ਸਾਡੇ ਕਾਗਜ਼ ਸਹੀ ਮੰਨ ਲਏ ਗਏ, ਠੀਕ ਆ ਜੀ। ਪਰ ਇਹਨਾਂ ਨੇ ਆ ਜਿਹੜਾ ਅਫਸਰਾਂ ਦੀ ਮਿਲੀ ਭੁਗਤ ਨਾਲ ਭਾਅ ਜੀ ਧਰਿਆ ਠੇਕਾ ਖੋਲ੍ਹਤਾ, ਐਗਰੀਮੈਂਟ ਹੀ ਨਹੀਂ ਬਣਿਆ। ਸਰਕਾਰ ਨੂੰ ਰੈਵੀਨਿਊ ਕਿਹੜੇ ਖਾਤੇ 'ਚ ਜਾ ਰਿਹਾ? ਭਾਅ ਜੀ ਬਿਲਕੁਲ ਨਾਲ ਆ ਜੀ ਦਰਬਾਰ, ਪਿੱਛੇ ਦਰਗਾਹ ਵਾ, ਸੰਗਤ ਸਾਡੇ ਨਾਲ ਰੋਜ਼ ਆ ਕੇ ਲੜਦੀ ਆ। ਨਹੀਂ ਜੀ, ਸਾਨੂੰ ਇੱਥੋਂ ਦੇ MLA ਨੂੰ ਛੱਡ ਕੇ, ਨੌਰਥ ਦੇ MLA ਸਾਹਿਬ ਨੂੰ ਛੱਡ ਕੇ, ਸਾਨੂੰ 2-3 MLA ਦੀਆਂ ਧਮਕੀਆਂ ਜ਼ਰੂਰ ਆ ਗਈਆਂ, ਠੀਕ ਆ ਜੀ। ਮੈਂ ਨਾਮ ਜਨਤਾ ਕਰੂੰਗਾ, ਅਗਰ ਮੇਰੀ 2 ਦਿਨ ਦੀ ਪ੍ਰਸ਼ਾਸਨ ਨੂੰ ਵਾਰਨਿੰਗ ਆ,
ਮੈਂ ਖਾਸ ਕਰਕੇ ਡੀਸੀ ਮੈਡਮ ਨੂੰ ਮੈਸੇਜ ਪਾ ਰਿਹਾ ਵਾਰ ਵਾਰ, ਮੈਂ ਕੱਲ੍ਹ ਵੀ ਪਾਇਆ, ਮੈਂ ਅੱਜ ਵੀ ਪਾਇਆ, ਜਿਹੜਾ ਐਕਸਾਈਜ਼ ਦਾ ਇੰਸਪੈਕਟਰ ਆ ਜਸਵਿੰਦਰ ਸਿੰਘ ਇਸ ਏਰੀਏ ਦਾ ਅਤੇ ਪ੍ਰੀਤ ਭੁਪਿੰਦਰ ਸਿੰਘ ਈਸਟ ਇਹਦਾ ਅਸਿਸਟੈਂਟ ਕਮਿਸ਼ਨਰ ਆ, ਉਹ ਰਲਿਆ ਹੋਇਆ ਮੈਨੂੰ ਕਹਿੰਦਾ ਤੇਰੇ 'ਤੇ ਮੈਂ ਪਰਚਾ ਦਵਾਊਂਗਾ। ਭਾਅ ਜੀ ਮੈਨੂੰ ਦਰਸ਼ਨ ਕਹਿੰਦਾ ਸਟੋਰ ਵਾਲਾ ਦਵਾਉਂਦਾ ਧਮਕੀਆਂ। ਅੱਛਾ ਤੁਹਾਡਾ ਜੇ ਨਹੀਂ ਠੇਕਾ ਬੰਦ ਹੁੰਦਾ ਤੁਹਾਡੀ ਅਗਲੀ ਕਾਰਵਾਈ ਕੀ ਹੈ? ਭਾਅ ਜੀ ਅਗਲੀ ਕਾਰਵਾਈ ਅਸੀਂ ਸ਼ਹਿਰ ਜਾਮ ਕਰਾਂਗੇ, ਠੀਕ ਆ, ਅਤੇ ਮੇਰੀ ਮੌਤ ਦਾ ਕਾਰਨ, ਅਤੇ ਭਾਅ ਜੀ ਮੈਂ ਮਰੂੰਗਾ ਕਿਉਂਕਿ ਮੇਰੇ ਧਰਮ ਬਾਰੇ ਗਲਤ ਬੋਲਦੇ ਆ। ਭਾਅ ਜੀ ਯਾਰ ਮੇਰੇ ਧਰਮ ਬਾਰੇ ਗਲਤ ਬੋਲਦੇ, ਮੈਨੂੰ ਜਲੀਲ ਕਰਦੇ ਆ ਜੀ, ਕਹਿੰਦੇ ਤੂੰ ਦਰਗਾਹਾਂ ਦੇ ਮੱਥੇ ਟੇਕਦਾ, ਮੈਨੂੰ ਜਲੀਲ ਕੀਤਾ ਜਾਂਦਾ। ਭਾਅ ਜੀ ਅਸੀਂ ਸਾਡੀ ਬਿਜ਼ਨਸਮੈਨ ਬੰਦੇ ਆ, ਕੰਮ ਕਰਨ ਵਾਲੇ ਬੰਦੇ ਆ, ਸਾਨੂੰ ਜਲੀਲ ਕਰਦੇ ਆ ਜੀ। ਇਸਾ ਐਕਸਾਈਜ਼ ਦਾ ਅਫਸਰ ਅਤੇ ਆਹ ਬੰਦਾ ਦਰਸ਼ਨ ਕਰਿਆਨੇ ਦਾ ਮਾਲਕ ਸਾਨੂੰ ਰੋਜ਼ ਜਲੀਲ ਕਰਦਾ, ਇਹਨਾਂ ਨੇ ਇੱਕ ਬੰਦਾ ਵੀ ਵਿੱਚ ਪਾਇਆ ਸੀ। ਮਾਰਕੀਟ ਦੇ ਪ੍ਰਧਾਨ ਨੇ ਪੱਖੂ ਜੀ, ਉਹਨਾਂ ਨੇ ਸਾਨੂੰ 2 ਦਿਨ ਦਾ ਆਸਵਾਸ਼ਨ ਦਵਾਇਆ ਸੀ, ਪਰ ਇਹ ਬੰਦਾ ਮੁੱਕਰ ਗਿਆ, ਸਾਨੂੰ ਧਮਕੀਆਂ ਦਵਾਉਣ 'ਤੇ ਆ ਗਿਆ। ਬਿਲਕੁਲ ਪੰਜਾਈ ਆ ਭਾਅ ਜੀ, ਅਸੀਂ ਆਪਣੇ ਮੁਸਲਮਾਨ ਭਾਈਚਾਰੇ ਨਾਲ ਸਿੱਖ ਭਾਈਚਾਰੇ ਨਾਲ 2 ਦਿਨ ਦਾ ਮੈਂ ਸਰਕਾਰ ਕੋਲ ਸਮਾਂ ਮੰਗਦਾ, ਡੀਸੀ ਸਾਹਿਬ ਤੋਂ, ਠੀਕ ਆ ਜੀ, 2 ਦਿਨ ਦਾ ਸਮਾਂ ਮੰਗਦਾ ਅਤੇ ਮੈਡਮ ਸ਼ਿਵਾਨੀ ਗੁਪਤਾ ਤੋਂ। ਅਗਰ 2 ਦਿਨਾਂ ਦੇ ਵਿੱਚ ਸਾਡੇ ਨਾਲ ਠੇਕਾ ਨਾ ਬੰਦ ਹੋਇਆ ਤਾਂ ਅਸੀਂ ਇੱਥੇ ਪ੍ਰੋਟੈਸਟ ਕਰਕੇ ਆਪਣੇ ਆਪ ਨੂੰ ਤਿਆਗ ਦਾਂਗੇ ਜੀ।